कुछ ऐसे तरीके ना तो मचान वाला गैंग लुधियाना पुलिस के हत्थे चढ़िया है। लुधियाना पुलिस ने एक बाइकर गैंग नु अरेस्ट किया है। इस गैंग के 7 मेंबर पुलिस के हत्थे चढ़े ने। इस गैंग का निशाना कॉलेज जाने वाली कुड़ियां होया है। छुट्टी के टाइम पे बाइकर गैंग इन्हां कुड़ियां दे पास जा जांदा सी। ਸਾਡਾ ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਹੈ ਜਿਹਦੇ ਇਹਨਾਂ ਨੇ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੂੰ ਗ੍ਰਿਫਤਾਰ ਕੀਤਾ ਜਿਹੜੇ ਦੁਪਹਿਰ ਦੇ ਟਾਈਮ ਕਾਲਜ ਜਾਂ ਸਕੂਲ ਤੋਂ ਜੋ ਲੇਡੀਜ਼ ਬੇਵਾ ਜਗ੍ਹਾ ਨਹਿਰ ਦੇ ਕਿਨਾਰੇ ਜਾਂ ਡੇਲੋ ਸਾਈਡ ਦੇ ਵਿੱਚ ਵਾਰਦਾਤਾਂ ਕਰਦੇ ਸੀ ਜਾਂਦੀਆਂ ਸੀ ਉਹਨਾਂ ਕੋਲੋਂ ਖਿਡੌਣਾ ਪਿਸਤੌਲ ਦਿਖਾ ਕੇ ਪਿਸਟਲ ਪੁਆਇੰਟ 'ਤੇ ਪਰਸ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਇਹਨਾਂ ਦੇ ਪਾਸੋਂ ਅਸੀਂ 3 ਮੋਟਰਸਾਈਕਲ 3 ਸੋਨੇ ਦੀਆਂ ਚੈਨੀਆਂ 21 ਮੋਬਾਈਲ ਰਿਕਵਰ ਕੀਤੇ ਆ ਇਹਦੀ ਟੋਟਲ 44 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ।